ਸਐਲ ਦੇ ਮੁੱਦੇ ਦਿੱਤੇ ਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਸੀ ਇਸ ਤੋਂ ਇਲਾਵਾ ਕੇਂਦਰ ਦੇ ਵੱਲੋਂ ਜੋ ਵਿਚੋਲਗੀ ਕੀਤੀ ਗਈ ਆ ਕੇਂਦਰ ਦੀ ਛਤਰ ਛਾਇਆ ਦੇ ਹੇਠ ਇਹ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਜੋ ਬਿਆਨ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਿਛਲੇ ਸਟੈਂਡ ਤੇ ਕਾਇਮ ਆ ਔਰ ਸਾਡੇ ਕੋਲੇ ਬਾਦੂ ਪਾਣੀ ਨਹੀਂ ਹੈ ਇਸ ਤੇ ਜੋ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਐਸਵਾਈਐਲ ਦਾ ਹੱਲ ਪੰਜਾਬ ਨੂੰ ਵਟਾ ਸੂਬਾ ਬਣਾਉਣ ਨਾਲ ਸਾਡੇ ਕਈ ਪਿੰਡਾਂ ਦੇ ਖੇਤਾਂ ਦੇ ਵਿੱਚ ਪਾਣੀ ਨਹੀਂ ਹੈ ਚੋਣਾ ਦੇ ਵਿੱਚ ਐਸਆਈਐਲ ਨੂੰ ਮੁੱਦਾ ਕੇਂਦਰ ਸਰਕਾਰ ਦੇ ਵੱਲੋਂ ਬਣਾਇਆ ਜਾਂਦਾ ਤੇ ਹੁਣ ਫਿਰ ਇੱਕ ਵਾਰ ਬਣਾਇਆ ਜਾ ਰਿਹਾ ਪੰਜਾਬ ਤੇ ਹਰਿਆਣਾ ਦੀ ਸਾਂਝ ਨੂੰ ਉਹ ਵਿਗਾਰਨਾ ਚਾਹੁੰਦੇ ਆ ਕੇਂਦਰ ਸਰਕਾਰ ਹਰਿਆਣਾ ਹਿਮਾਚਲ ਤੇ ਪੰਜਾਬ ਨੂੰ ਇੱਕ ਸੂਬਾ ਬਣਾ ਦੇਵੇ ਤੇ ਇਸ ਦੇ ਨਾਲ ਹੱਲ ਹੋ ਜਾਏਗਾ ਇਹ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾ ਜੈਕ ਪਾਸੇ ਜਿੱਥੇ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਆਪਣੇ ਸਟੈਂਡ ਤੇ ਕਾਇਮ ਆ ਐਸਵਾਈਐਲ ਜਿਹੜਾ ਮਸਲਾ ਆ ਐਸਵਾਈਐਲ ਦੇ ਨੂੰ ਲੈ ਕੇ ਜਿਹੜਾ ਸਾਡਾ ਸਟੈਂਡ ਕਲੀਅਰ ਹੈ ਕਿ ਸਾਡੇ ਕੋਲੇ ਵਾਧੂ ਪਾਣੀ ਨਹੀਂ ਤੇ ਜੇ ਪਾਣੀ ਨਹੀਂ ਤਾਂ ਫੇਰ ਸਾਨੂੰ ਜਿਹੜਾ ਉਹ ਨਹਿਰ ਵੀ ਨਹੀਂ ਖੱਟਣੀ ਚਾਹੀਦੀ ਨਹਿਰ ਦੇ ਉੱਤੇ ਵੀ ਗੱਲ ਨਹੀਂ ਹੋਣੀ ਚਾਹੀਦੀ ਜੇ ਜੋ ਐਸਵਾਈਐਲ ਕਾ ਮੁੱਦਾ ਹੈ ਨਾ जे जान बूझ के सेंटर सरकार ने अटकाया हुआ मुद्दा है देखिए पंजाब के पास तो अपने पास ही पानी नहीं है हमारे कई ऐसे गांव और हमारे कई ऐसे शहर हैं जहां पे किसानों के खेतों तक पानी अभी तक नहीं पहुंचा देखिए पंजाब पंजाब नाम ताई ना हमारे पांच दरिया हैं और हमारे जो किसान भाई उनके खेतों तक नहीं पहुंचा और जे जो केंद्र सरकार है जे जान बूझ के इलेक्शन के दौर पर ही क्यों जे एस वाई एल का मुद्दा बनता है अगर जो वो निपटाना चाहे सेंटर सरकार का तो एक चुटकी का काम है बहुत ਤੋ ਅਗਰ ਸੁੱਬੇ ਚਾਏ ਤੋ ਸੈਂਟਰ ਸਰਕਾਰ ਜੇ ਜਾਣ ਬੂਝ ਕੇ ਹਮਾਰੇ ਕਿਸਾਨ ਭਾਈਓ ਕੋ ਹਰਿਆਣਾ ਔਰ ਪੰਜਾਬ ਜੇ ਆਪਸ ਮੇ ਬਾਈ ਬਾਈ ਹੈ ਹਰਿਆਣਾ ਛੋਟਾ ਭਾਈ ਹੈ ਪੰਜਾਬ ਬੜਾ ਭਾਈ ਹੈ ਜੇ ਦੋਨੋ ਭਾਈਓ ਕੋ ਲੜਾਣੇ ਦਾ ਕਾਮ ਕਰ ਰਹੀ ਹੈ ਬੀਜੇਪੀ ਇਸ ਕੇ ਇਲਾਵਾ ਕੁਛ ਨਹੀਂ ਸਾਇਸਵੈਲ ਦੇ ਮੁੱਦੇ ਦਿੱਤੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਸੀ ਇਸ ਤੋਂ ਇਲਾਵਾ ਕੇਂਦਰ ਦੇ ਵੱਲੋਂ ਜੋ ਵਿਚੋਲਗੀ ਕੀਤੀ ਗਈ ਆ ਕੇਂਦਰ ਦੀ ਛਤਰ ਛਾਇਆ ਦੇ ਹੇਠ ਇਹ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਜੋ ਬਿਆਨ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਿਛਲੇ ਸਟੈਂਡ ਤੇ ਕਾਇਮ ਆਂ ਔਰ ਸਾਡੇ ਕੋਲੇ ਬਾਦੂ ਪਾਣੀ ਨਹੀਂ ਹੈ ਇਸ ਤੇ ਜੋ ਮੰਤਰੀ ਨੇ ਲਾਲਜੀਤ ਸਿੰਘ ਢਿੱਲਰ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਐਸਵਾਈਐਲ ਦਾ ਹੱਲ ਪੰਜਾਬ ਨੂੰ ਵੱਡਾ ਸੂਬਾ ਬਣਾਉਣ ਨਾਲ ਸਾਡੇ ਕਈ ਪਿੰਡਾਂ ਦੇ ਖੇਤਾਂ ਦੇ ਵਿੱਚ ਪਾਣੀ ਨਹੀਂ ਹੈ ਚੋਣਾ ਦੇ ਵਿੱਚ ਐਸਵਾਈਐਲ ਨੂੰ ਮੁੱਦਾ ਕੇਂਦਰ ਸਰਕਾਰ ਦੇ ਵੱਲੋਂ ਬਣਾਇਆ ਜਾਂਦਾ ਤੇ ਹੁਣ ਫਿਰ ਇੱਕ ਵਾਰ ਬਣਾਇਆ ਜਾ ਰਿਹਾ ਪੰਜਾਬ ਤੇ ਹਰਿਆਣਾ ਦੀ ਸਾਂਝ ਨੂੰ ਉਹ ਵਿਗਾੜਨਾ ਚਾਹੁੰਦੇ ਆ ਕੇਂਦਰ ਸਰਕਾਰ ਹਰਿਆਣਾ ਹਿਮਾਚਲ ਤੇ ਪੰਜਾਬ ਨੂੰ ਇੱਕ ਸੂਬਾ ਬਣਾ ਦੇਵੇ ਤੇ ਇਸ ਦੇ ਨਾਲ ਹੱਲ ਹੋ ਜਾਏਗਾ ਇਹ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਜੇ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਆਪਣੇ ਸਟੈਂਡ ਤੇ ਕਾਇਮ ਆ ਐਸਵਾਈਐਲ ਜਿਹੜਾ ਮਸਲਾ ਆ ਐਸਵਾਈਐਲ ਦੇ ਨੂੰ ਲੈ ਕੇ ਜਿਹੜਾ ਸਾਡਾ ਸਟੈਂਡ ਕਲੀਅਰ ਹੈ ਕਿ ਸਾਡੇ ਕੋਲੇ ਵਾਧੂ ਪਾਣੀ ਨਹੀਂ ਤੇ ਜੇ ਪਾਣੀ ਨਹੀਂ ਤਾਂ ਫਿਰ ਸਾਨੂੰ ਜਿਹੜਾ ਉਹ ਨਹਿਰ ਵੀ ਨਹੀਂ ਖੱਟਣੀ ਚਾਹੀਦੀ ਨਹਿਰ ਦੇ ਉੱਤੇ ਵੀ ਗੱਲ ਨਹੀਂ ਹੋਣੀ ਚਾਹੀਦੀ ਜੇ ਜੋ ਐਸਵਾਈਐਲ ਦਾ ਮੁੱਦਾ ਹੈ ਨਾ जे जान बूझ के सेंटर सरकार ने अटकाया हुआ मुद्दा है देखिए पंजाब के पास तो अपने पास ही पानी नहीं है हमारे कई ऐसे गांव और हमारे कई ऐसे शहर हैं जहां पे किसानों के खेतों तक पानी अभी तक नहीं पहुंचा देखिए पंजाब पंजाब नाम तई ना हमारे पांच दरिया हैं और हमारे जो किसान भाई उनके खेतों तक नहीं पहुंचा और जे जो केंद्र सरकार है जे जान बूझ के इलेक्शन के दौर पर ही क्यों जे एस वाई एल का मुद्दा बनता है अगर जो वो निपटाना चाहे सेंटर सरकार का तो एक चुटकी का काम है वो तो अगर सुबह चाहे तो सेंट्रल सरकार जे जान बूझ के हमारे किसान भाइयों को हरियाणा और पंजाब जे आपस में बाई बाई है हरियाणा छोटा बाई है पंजाब बड़ा बाई है जे दोनों भाइयों को लड़ाने का काम कर रही है बीजेपी इसके अलावा कुछ नहीं